ਇਲਾਕਾ ਫਤਿਹਾਬਾਦ ਦੇ ਚੋਲਾ ਸਾਹਿਬ ਰੋਡ ਦੇ ਉੱਤੇ ਭਿਆਨਕ ਐਕਸੀਡੈਂਟ ਦੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਮੰਦਰ ਸਿੰਘ ਦਾ ਟਰੱਕ ਕਿਸੇ ਕਾਰਨ ਖਰਾਬ ਹੋ ਗਿਆ ਸੀ। ਉਸਨੇ ਆਪਣੇ ਟਰੱਕ ਨੂੰ ਠੀਕ ਕਰਨ ਦੇ ਲਈ ਸੜਕ 'ਤੇ ਹੀ ਸਾਈਡ 'ਤੇ ਲਗਾਇਆ ਅਤੇ ਆਪਣੇ ਨੇੜੇ ਦੇ ਕਿਸੇ ਰਿਸ਼ਤੇਦਾਰ ਤੋਂ ਰੋਟੀ ਪਾਣੀ ਮੰਗਵਾ ਲਿਆ। ਉਸਦੇ ਰਿਸ਼ਤੇਦਾਰ ਉਹਦੇ ਕੋਲ ਪਹੁੰਚਿਆ ਅਤੇ ਉਹਨਾਂ ਨੇ ਸਾਈਡ 'ਤੇ ਆਪਣਾ ਟਰੈਕਟਰ ਲਗਾ ਕੇ ਉਹ ਇਕੱਠਿਆਂ ਨੇ ਟਰੱਕ ਦੇ ਥੱਲੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਣਾ ਸ਼ੁਰੂ ਕਰ ਦਿੱਤਾ ਅਤੇ ਇੰਨੇ ਨੂੰ ਹੀ ਤੇਜ਼ ਰਫ਼ਤਾਰੀ ਨਾਲ ਸਾਹਮਣੇ ਵਾਲੇ ਪਾਸਿਓਂ ਇੱਕ ਹੋਰ ਟਰਾਲਾ ਆਉਂਦਾ ਜਿਹੜਾ ਕਿ ਸਿੱਧਾ ਉਹਨਾਂ ਦੇ ਟਰੱਕ ਦੇ ਨਾਲ ਭਿੜ ਜਾਂਦਾ, ਜਿਸ ਦੌਰਾਨ ਭਿਆਨਕ ਐਕਸੀਡੈਂਟ ਦਾ ਹਾਦਸਾ ਵਾਪਰਦਾ ਅਤੇ ਦੋਵੇਂ ਹੀ ਰੋਟੀ ਖਾ ਰਹੇ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ 2 ਹੋਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਸਾਡੇ ਪਿੰਡ ਦਾ ਰਿਸ਼ਤੇਦਾਰੀ ਸਾਡੇ ਪਿੰਡ ਦੀ ਉਹਨਾਂ ਦਾ ਦਿਓਰ ਲੱਗਦਾ ਵਾ, ਉਹਦੇ ਰਿਕਾਰਡਿੰਗ ਪਤਾ ਕਰਨ ਆਇਆ ਕੀ ਗੱਲਬਾਤ ਹੋਈ ਆ। ਦੱਸਿਆ ਜਾ ਰਿਹਾ 2 ਜਣਿਆਂ ਦੀ ਡੈਥ ਹੋ ਗਈ। ਹਾਂਜੀ, ਸੁਣ ਚ ਆਇਆ 2 ਜਣਿਆਂ ਦੀ ਡੈਥ ਹੋ ਗਈ ਆ। ਹੁਣ ਆਪਣੇ ਪੁਲਿਸ ਅਫਸਰ ਲੱਗੇ ਆ ਇਨਕੁਆਇਰੀ ਕਰਨ ਵਾਸਤੇ, ਕੰਪਲੀਟ ਕਰ ਰਹੇ ਆ। ਰਾਤ ਕਰੀਬ 12:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਜਿਹੜਾ ਫਤਿਹਾਬਾਦ ਤੋਂ ਚੋਲਾ ਸਾਹਿਬ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਇੱਕ ਟਰੱਕ ਖਰਾਬ ਸੀ ਅਤੇ ਉਹਨੂੰ ਕੋਈ ਰਿਪੇਅਰ ਕਰ ਰਿਹਾ ਸੀ ਅਤੇ 2-3 ਆਦਮੀ ਉਹਨਾਂ ਦੀ ਖਾਣਾ ਖੁਣਾ ਲੈ ਕੇ ਆਏ ਸੀ। ਉਹ ਰੋਟੀ ਖਾ ਰਿਹਾ ਸੀ ਅਤੇ ਅਚਾਨਕ ਇੱਕ ਜਿਹੜਾ ਟਰੱਕ ਆ ਹਰੀਕੇ ਸਾਈਡ ਤੋਂ ਟਰਾਲਾ ਜਿਹੜਾ ਉਹ ਆਇਆ, ਉਹ ਲਾਈਟਾਂ ਰੂਟਾਂ ਦਾ ਕਰਕੇ ਕੋਈ ਉਹਨਾਂ ਦੇ ਮਤਲਬ ਰਾਤ ਦਾ ਸਮਾਂ ਸੀ, ਉਹ ਟਰੱਕ ਜਿਹੜਾ ਟਰਾਲਾ ਬੇਵੱਸ ਹੋ ਕੇ ਅਤੇ ਉਹ ਟਰੈਕਟਰ 'ਚ ਅਤੇ ਦੂਜੇ ਖੜ੍ਹੇ ਟਰੱਕ 'ਚ ਵੱਜ ਗਿਆ, ਜਿਹਦੇ ਨਾਲ ਸੁਖਦੇਵ ਸਿੰਘ ਅਤੇ ਮੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਆ। ਉਹਨਾਂ ਦੀਆਂ ਜਿਹੜੀਆਂ ਡੈਡ ਜਿਹੜੀਆਂ ਲਾਸ਼ਾਂ ਨੇ ਡੈਡ ਹਾਊਸ ਤਰਨ ਤਰਨ ਜਮ੍ਹਾਂ ਕਰਾ ਦਿੱਤੀਆਂ। ਦੂਜੇ 2 ਹਰਪ੍ਰੀਤ ਅਤੇ ਜਗਤਾਰ ਸਿੰਘ ਜ਼ਖਮੀ ਆ, ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਬਾਕੀ ਉਹਨਾਂ ਦੇ ਵਾਰਸ ਰਾਤ 'ਤੇ ਆਏ ਨਹੀਂ, ਹੁਣ ਵਾਰਸ ਆ ਰਹੇ ਆ, ਜੋ ਵੀ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ 'ਚ ਲਿਆਉਂਦੀ ਜਾਵੇਗੀ। ਜਿਨ੍ਹਾਂ ਦੀ ਡੈਥ ਹੋਈ ਹੈ ਕਿੱਥੋਂ ਦੇ ਰਹਿਣ ਵਾਲੇ? ਜਿਹੜਾ ਇੱਕ ਮੰਦਰ ਸਿੰਘ ਆ, ਇਹ ਤਾਂ ਉੱਧਰ ਦਾ ਪਿੰਡ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਜੇ, ਇਹ ਕੋਈ ਆਪਣਾ ਟਰੱਕ ਡਰਾਈਵਰ ਸੀ, ਅਤੇ ਦੂਜਾ ਨਾਲ ਸੁਖਦੇਵ ਸਿੰਘ ਆ, ਉਹ ਪਿੰਡ ਖਾਨ ਛਾਵੜੀ ਦਾ ਰਹਿਣ ਵਾਲਾ ਜੀ, ਅਤੇ ਜਿਹੜੇ 2 ਜ਼ਖਮੀ ਆ ਉਹ ਵੀ ਮੋਗੇ ਦੇ ਰਹਿਣ ਵਾਲੇ।